ਸੋ ਫਾਈਨਲੀ ਅੱਜ ਇੱਕ ਹਫ਼ਤੇ ਬਾਅਦ ਧੁੱਪ ਲੱਗ ਗਈ ਅੰਮ੍ਰਿਤਸਰ 'ਚ। ਵੈਲਕਮ ਬੈਕ ਟੂ ਦੀ ਚੈਨਲ ਗਾਇਸ, ਆਈ ਹੋਪ ਤੁਸੀਂ ਸਾਰੇ ਘੈਂਟ ਹੋ। ਅਤੇ ਅੱਜ ਘੱਟੋ ਘੱਟ ਨੇ 10 ਦਿਨਾਂ ਬਾਅਦ ਆਪਾਂ ਸ਼ੂਟ ਚੱਲੇ ਹਾਂ, ਹੈ ਨਾ? ਬੜੀ ਦੇਰ ਹੋ ਗਈ। ਮਾਈਂਡ ਵਾਸ਼ ਹੋ ਗਿਆ ਹੋਇਆ 10 ਦਿਨਾਂ ਦੇ ਵਿੱਚ, ਗੁੱਡੀਆਂ ਡਾੜਾ ਸ਼ਦਾਈ ਹੋ ਗਿਆ ਜੀ। ਅਤੇ ਸਾਡੇ ਦੋ ਬੰਦੇ ਅੱਜ ਵੀ ਗੁੱਡੇ ਡਾਉਂਦੇ 'ਚ। ਹਰਸ਼ ਨੇ ਤਾਂ ਚਲੋ ਸੱਟ ਲੱਗੀ ਹੋਈ ਜਾਣਾ, ਉਹਦੇ ਪੈਰ ਸਮਝ ਸਕਦੇ, ਚਲੋ ਅਗਲਾ ਬੰਦਾ ਘਰੇ ਬੈਠਾ ਬੋਰ ਹੋਊਗਾ, ਚਲੋ ਗੁੱਡੇ ਡਾ। ਹਰਮਨ ਉਹ ਵੀ ਭਾਈ ਕਹਿੰਦੇ ਮੈਂ ਸ਼ੂਟ ਤੇ ਨਹੀਂ ਆ, ਮੇਰੇ ਕੋਲ ਉਹਦੇ ਬਹਾਨੇ ਅਲੱਗ ਹੁੰਦੇ ਆ। ਤੇ ਅੱਜ ਅਸੀਂ ਸ਼ੂਟ ਕਰਾਂਗੇ ਤਸੱਲੀ ਨਾਲ, ਆਪਣੇ ਕੋਲ ਟਾਈਮ ਹੈਗਾ, ਹਾਲੇ ਬੱਜੇ ਆ 1:30 ਤੇ 1:30 ਤੋਂ ਲੈ ਕੇ 1.5 ਘੰਟਾ ਆਪਣੇ ਕੋਲ ਪਿਆ। 3 ਵਜੇ ਜਾਵਾਂਗੇ ਆਪਾਂ ਘਰ, ਵੇਖਾਂਗੇ ਗੁੱਡੀਆਂ ਗੱਡੇ ਜੇ ਉੱਡਦੀਆਂ ਤਾਂ ਆਪਾਂ ਵੀ ਥੋੜ੍ਹਾ ਬਹੁਤ ਇੰਜੋਏ ਕਰਾਂਗੇ ਜੀ। ਓਬਵੀਅਸਲੀ ਨਵੇਂ, ਪਰ ਸ਼ੂਟ ਜ਼ਰੂਰ ਕਰਾਂਗੇ, ਗੁੱਡੀਆਂ ਨਵੇਂ ਪਰ ਸ਼ੂਟ ਵੀ ਕਰਾਂਗੇ। ਅਤੇ ਹੁਣ ਆਪਾਂ ਜਾ ਰਹੇ ਹਾਂ ਸਾਹਿਲ ਭਾਈ ਵੱਲ, ਸਾਹਿਲ ਭਾਈ ਨੂੰ ਚੱਕਾਂਗੇ ਅਤੇ ਫਿਰ ਲੋਕੇਸ਼ਨ ਵਗੈਰਾ ਲੱਭਦੇ ਹਾਂ। ਸੋ ਸ਼ੇਤੀ ਜੀ, ਮੇਰਾ ਵੀ ਟਾਈਮ ਨਾ ਖਰਾਬ ਕਰਦੇ ਹੋਏ ਗੱਡੀ ਨੂੰ ਖਿੱਚ ਲਿਆ ਜਾਵੇ, ਚਲੋ। ਸੋ ਨਿਊ ਅੰਬਰਸਰ ਸਾਨੂੰ ਲੋਕੇਸ਼ਨ ਇੱਕ ਲੱਭ ਗਈ ਸੀ, ਯਾਦ ਰੱਖੋ ਜੀ। ਇੱਥੇ ਪਹਿਲਾਂ ਵੀ ਬਹੁਤ ਵਾਰੀ ਸ਼ੂਟ ਕੀਤਾ ਹੋਇਆ ਅਤੇ ਸਾਹਿਲ ਭਾਈ ਪਹੁੰਚ ਗਏ ਹੋਏ ਨੇ ਆਪਣੇ ਟਿਕਟੋਕ 'ਤੇ, ਸਾਊਂਡ ਲੱਭ ਰਹੇ ਨੇ ਟਿਕਟੋਕ ਬਣਾਉਣ ਵਾਸਤੇ। ਅੱਜ ਕੱਲ੍ਹ ਟਿਕਟੋਕ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਨਾ। ਫੋਟੋ ਭਾਵੇਂ ਪਾਉਣ ਪਾਓ, ਇੰਸਟਾ 'ਤੇ ਫੋਟੋ ਪਾਉਣ ਪਾਓ, ਪਰ ਟਿਕਟੋਕ ਜ਼ਰੂਰ ਪਾਓ, ਹੈ ਨਾ ਭਾਈ? ਚੰਗੀ ਪਾਓ, ਲੱਭ ਕੇ ਪਾਓ ਅਤੇ ਟ੍ਰੈਂਡਿੰਗ ਸਾਊਂਡ ਪਾਓ। ਸੋ ਇਹ ਸਾਨੂੰ ਸਲਾਮ ਮਿਲੀ ਹੈ ਸਾਹਿਲ ਭਾਈ ਵੱਲੋਂ, ਸੋ ਅਸੀਂ ਕਰਾਂਗੇ ਗੌਰ ਕਰਾਂਗੇ। ਸਾਹਿਲ ਵੀ ਬਣਦਾ ਹੈ, ਛੋਟੇ ਛੋਟੇ ਭਾਈ ਨੇ ਭਾਈ, ਫਿਰ ਲੱਗਦੇ 21 ਸਾਲਾਂ ਦੇ ਲੱਗਦੇ ਮਹਾ ਜੀ। ਸ਼ਾਹਿਦ ਕਪੂਰ, ਮਨਕੀਰ ਤੋਲਕ, ਪਤਾ ਨਹੀਂ ਕਿਹੜੀ ਕਿਹੜੀ ਹੋਰ ਹਸਤੀਆਂ ਲੱਗਦੇ ਨੇ ਭਾਈ ਹੋਣੀ। ਚਲੋ ਫਿਰ ਅੱਜ ਕੁਛ ਖਾਓਗੇ? ਪਹਿਲਾਂ ਭਾਈ ਆਹੋ ਆਪਾਂ ਖਾਣਾ ਪਹਿਲਾਂ ਸ਼ੂਟ, ਫੋਟੋ ਸ਼ੂਟ ਅਤੇ ਟਿਕਟੋਕ, ਪਹਿਲਾਂ ਉਹ ਕਰੀਏ ਆਪਾਂ ਕੰਪਲੀਟ। ਗੁੱਡੀ ਦੇਖੋ ਅੱਜ ਪੂਰੀ ਲੋਹੜੀ ਮਾਘੀ ਸਾਰਾ ਬਣਿਆ ਪਿਆ, ਅੱਜ ਦੇਖ ਲਓ ਤੁਹਾਡੇ ਆਪਸ ਹੀ ਬੰਦੇ ਪਿੱਛੇ ਲਾਈ ਜਾਂਦੇ ਜੇ। ਤੇ ਹੁਣ ਡਾਵਾਂਗੇ ਪਹਿਲੀ ਗੁੱਡੀ ਐਤਵਾਰ ਦੀ, ਮਹਿੰਗੀ ਗੁੱਡੀ ਜੇ ਭਰਾਵਾ, 50 ਰੁਪਏ ਪੀਸ ਹੈਗਾ ਐਵੇਂ ਤੁਸੀਂ, ਉਹ ਬੜੀ ਮਹਿੰਗੀ ਗੁੱਡੀ ਜੇ, ਡਾਈ ਨਹੀਂ ਕਹਿਣਾ ਹਨਾ ਓਏ ਓਏ, ਤੋੜ ਲਾ ਆਹੋ, ਚੱਲ ਰੱਖ ਲਾ ਇਹਨੂੰ, ਰੱਖ ਲਾ ਚਲੋ ਭਰਾ ਭਰਾ, ਓ ਕੀਪੇ ਕੀਪੇ, ਓ ਥੋੜੀ ਯਾਰ ਨੇ ਦੋਰੇ ਫਿੜੇ ਤੇਰੇ, ਓਏ ਹੋਏ ਜਾਸਣਾ ਮੇਰਾ ਗੁੱਡਾ, ਸਾਡੇ ਕੋ ਵੀ ਹੈਗਾ ਉਹਦਾ ਹਰ ਜੈਸਾ ਪਾਰਟ ਆਵਾਂਗੇ, ਆ ਜਾ ਆ ਜਾ ਆ ਜਾ ਆ ਜਾ ਤਲਾਵਾ ਮੈਂ ਲਾ ਦੋ ਥੱਲੇ ਲਾ ਦੋ, ਵਾਓ ਕਿੰਨੀਆਂ ਗੁੱਡੀਆਂ ਆ ਗਈਆਂ ਸਾਡੇ ਕੋਲ, ਪਹੁੰਚੋ ਇੱਕ ਪਤੰਗ ਆ ਢਾਈ ਯਾਰ, ਫਿਰ ਚਲੋ ਚੱਲ ਆ ਜਾਸਾ, ਫਿਰ ਮੈਂ ਲੈ ਕੇ ਨਾ ਰੁਕ, ਪਿੰਨੀ ਲੈ ਕੇ ਨਾ, ਜਾ ਪਿੰਨੀ ਲੈ ਆ, ਤੂੰ ਵੀ ਜਾ ਪਿੰਨੀ ਲੈ ਆ।
ਭਰਾ ਬਜਾ ਕੀਤਾ ਕੀ ਹੈ ਤੈਨੂੰ ਕੀ ਫੜਾ ਉਹ ਭਰਾ ਰੋਂਦੂ ਹੈਗਾ ਜੀ ਮਾਘੀਵਾਲ ਦਿਨ ਉੱਡਿਆ ਨੀ ਹਨਾ ਹਵਾ ਬੜੀ ਘੱਟ ਸੀ ਹਾਂਜੀ ਇੱਕੋਣਾ ਚਲੋ ਚਲੋ ਹਟ ਸਾਂ ਆਪਣਾ ਵੱਡਾ ਗੁੱਡਾ ਪੇਚਾ ਲਾਉਂਦੇ ਆ ਲਈਏ ਜਸ ਚੱਲ ਡਾ ਚਲੋ 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 ਇੱਕ ਮਿੰਟ ਰੁਕੋ ਰਿਪੇਅਰ ਹੋਣ ਦਿਆ ਜਸ ਛੇਤੀ ਕਰ ਇਹਨੂੰ ਸਾਡੇ ਕੰਪੀਟੀਟਰ ਵੇਟ ਕਰ ਰਹੇ ਨੇ ਉਹ ਭਰਾਵਾ ਇੱਕ ਮਿੰਟ ਜੋੜ ਤੇ ਲਈਏ ਇਹਨੂੰ ਖੜ ਜਾ ਚੱਲ ਲੋਕਾਂ ਨੂੰ ਸੁਣਿਆ ਕੀ ਤੁਸੀਂ ਕਿਹਾ ਜਸ ਨੂੰ ਸੁਣ ਗਿਆ ਚੱਲ ਚੱਲ ਉਹ ਅੱਜ ਤਾਂ ਗੁੱਡੀ ਦੇਖੋ ਕਿੰਨੀ ਜ਼ਿਆਦਾ ਉੱਡ ਰਹੀ ਹੈ ਕੈਮਰੇ ਇੱਕ ਮਿੰਟ ਭਰਾਵਾ ਰਿਪੇਅਰ ਤੇ ਹੋ ਜਾਏ ਪੈਂਚਰ ਲੱਗ ਰਿਹਾ ਗੁੱਡੇ ਨੂੰ ਚੱਲ 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 ਵਧਾਲੋ ਵਧਾਲੋ ਹੁਣ ਕੰਪੀਟੀਸ਼ਨ ਹੋ ਜਾ ਰਿਹਾ ਜਸ ਤੇ ਹਰਸ਼ ਦੇ ਵਿੱਚ ਵੇਖਦੇ ਕੌਣ ਜਿੱਤਦਾ ਇੱਥੋਂ ਹੀ ਨਾ ਲਾ ਲਿਓ ਜਸ ਖਿੱਚ ਤਾਂ ਖਿੱਚ ਤਾਂ ਖਿੱਚ ਜਸ ਇੰਨੇ ਗੱਡੀਆਂ ਨੇ ਵਧਾਉਣੇ ਓਏ 4 ਮਿੰਟ ਤੇ ਢਾ ਲੈਂਦੇ ਯਾਰ 5 ਮਿੰਟ ਢਾ ਲੈਂਦੇ ਮੁੰਡੇ ਹੁਣ ਦੱਸ ਵੇ ਯਾਰ ਬੋਤਾ ਭਰਾ ਹੀ ਭਰਾ ਨਾ ਬਾ ਵਧਾਏ ਓਏ ਉਹ ਪੇਚਾ ਲਾਉਣ ਆ ਗਿਆ ਹੀ ਓ ਹਰਸ਼ ਚੋਕੇ ਨੂੰ ਚੁੱਕ ਦੇ ਚੋਕਰੇ 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 ਚੱਲ ਉਹ ਫਿੜੇ ਹੀ ਮੂੰਹ ਤੇਰੇ ਭੱਗ ਗਿਆ ਹੀ ਪਿੱਛੇ ਨਹੀਂ ਲੱਗਾ ਲੈ ਲੈ ਪਿੱਛੇ ਲੱਗਾ ਪੂਰੀ ਟੱਕਰ ਕਰਨ ਦੇ ਗੱਡੇ ਦੀ ਪੂਰੀ ਪੂਰੀ ਉਹ ਲੜਪੇ 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 ਲੜਪੋ ਲੜਪੋ ਸਿਰ ਫੜਾ ਇੱਕ ਦੂਜੇ ਦਾ ਇੰਨੀਆਂ ਗੁੱਡੀਆਂ ਪਈਆਂ ਇੱਕ ਗੁੱਡੇ ਮਗਰ ਲੜੀ ਜਾਂਦੇ ਚੱਲ
ਚੱਲਿਆ ਇਹਨੇ ਵਧਾਣਾ ਹੀ ਜਿਦਾਂ ਪਤਾ ਨੀ ਇਹਨਾਂ ਨੇ ਕੀ ਕੀਤਾ ਕੌਮੀ ਲੜੇ ਹੋਣਾ ਨਾ ਦੁੱਕੀ ਤਿੱਕੀ ਦੇ ਪਤੰਗ ਮਾਮਾ ਪਾਣੀ ਲਿਆਂਦਾ ਹੋਵੇ ਪਾਣੀ ਧੋਲਾ